ਟਿਕਾਈ ਵੇਲਾ ਤੇ ਉਹਦਾ ਰੱਖੇ ਆਪ ਖਿਆਲੇ ਸਯਦਾ ਦੇ ਤੂੰ ਮਾ ਜੋ ਹੈ ਤੇ ਕੁੰਡ ਸਣਿਆ ਮੇਰਾ ਵਤਨ ਤੇ ਵਲਾਣ ਇੱਕ ਬੰਦਿਆ ਸੁਣੋ ਮਾਂ ਉਹਦੀ ਕਬਰ ਤੋਂ ਟੁਰਿਆ ਏ ਬਿਰਾ ਦੇ ਰੋਜ਼ੇ ਤੇ ਆਵਣ ਤੂੰ ਪਹਿਲੇ ਅਜਣ ਰੋਜ਼ਾ ਦੂਰ ਆਈ ਬਾਈ ਵਧਾ ਕੀਆ ਦੇ ਕਬਰ ਤੂੰ ਬੈਰਾ ਮੈਂ ਗਰੀਬ ਹੋ ਗਿਆ ਮੈਂ ਕੁਨਾ ਲੈਂਦੀ ਉਮਤ ਲਈ ਟਿਕਣ ਲੈਂਦੀ ਉਹ ਮੁਲਤਾਨ ਲਿਆ ਉਹ ਸਯਦ ਇੱਕ ਵੈਣ ਕੀਤੇ ਸਯਦਾ ਦੇ ਤੇਰੇ ਕਾਤਿਲ ਮੈਂ ਤੂੰ ਬਈਅਤ ਪੈ ਮੰਗਦੇ ਓ ਅੱਜ ਨਾਨਕੇ ਸ਼ਹਿਰ ਵਿਚਾਲੇ ਸਯਦਾ ਦੇ ਤੇਰਾ ਕਫਨ ਗੁਲਾਬੀ ਮੈਂ ਕੁ ਨਹੀਂ ਭੁਲਿਆ ਅਜਾ ਗੁਜ਼ਰਿਆ ਯਾਰਵਾ ਬਿਰਾ ਦੇ ਕੋਲ ਆ ਕੇ ਅਗਲੀ ਸੱਤਰ ਸਯਦਾ ਦੇ ਤੇਰੀ ਕਬਰ ਤਿਆ ਸੀ ਮੇਰੀ ਧੀ ਸੁਗਰਾ ਉਹ ਮਾਂ ਉਮਲ ਬਨੀਨ ਦੇ ਨਾਲੇ ਰੋ ਕਿਆ ਦੇ ਉਕੂ ਕਾਸਿਮ ਵਾਂਗੂ ਪਿਆਰ ਕਰੇ ਮੇਰਾ ਵਤਨ ਤੇ ਵਲਾਣ ਅੱਖੀ ਸਾਫ ਕਰਕੇ ਦਰੂਦ ਪੜੋ ਮੁਹੰਮਦ ਵਾਲੇ ਮੁਹੰਮਦ ਉੱਚੀ ਆਵਾਜ਼ ਨਾਲ ਸਲਵਾਤ ਪੜੋ ਮੁਹੰਮਦ ਵਾਲੇ ਮੁਹੰਮਦ ਦੀ ਜ਼ਾਤ ਵੱਲ ਵੀ ਤਕਲੀਫ ਕਰੋ ਦਰੂਦ ਪੜੋ ਮੁਹੰਮਦ ਵਾਲੇ ਮੁਹੰਮਦ ਦੀ ਜ਼ਾਤ ਨਾਰੇ ਤਕਬੀਰ ਨਾਰੇ ਤਕਬੀਰ ਨਾਰੇ ਰਿਸਾਲਤ ਨਾਰਾਏ ਰਿਸਾਲਤ ਨਾਰਾਏ ਹੈਦਰੀ ਨਾਰਾਏ ਹੈਦਰੀ ਨਾਰਾਏ ਹੈਦਰੀ ਨਾਰਾਏ ਹੈਦਰੀ ਹੱਥ ਬੁਲੰਦ ਕਰਕੇ ਨਾਮੇ ਅਲੀ ਨਾਰਾ ਹੈਦਰੀ ਥੋੜ੍ਹਾ ਜਿਹਾ ਮੈਂ ਸਾਹਿਬ ਪੜ੍ਹਿਆ ਜੋ ਮੁਹੱਰਮ ਦੀ ਇਬਤਦਾ ਹੋਈ ਆਓ ਜਨਾਬ ਹੁਣ ਜਨਾਬ ਕੋਈ ਕਸੀਦਾ ਸੁਣੋ ਇਹਨਾਂ ਕੋਈ ਇਹ ਮਿਜ਼ਾਜ ਸੁਣਨ ਦਾ ਮਾਸੂਮ ਦਾ ਫਰਮਾਨ ਹੈ ਮੇਰੇ ਡਾਡੇ ਦੇ ਕਸਾਇਦ ਫਜ਼ਾਇਲ ਦਾ ਵਕਤ ਆਵੇ ਚਿਹਰਾ ਹੱਸਦਾ ਹੋਇਆ ਨਜ਼ਰ ਆ ਮੈਂ ਸਾਹਿਬ ਤੁਸੀਂ ਸੁਣਾ ਹੁਣ ਇਹਨਾਂ ਦੀ ਫਜ਼ੀਲਤ ਸੁਣੋ ਉਹ ਸੈਯਦ ਵਸਦੇ ਕਿਹੜੇ ਸੋਹਣੇ ਹਨ ਦਰੂਦ ਪੜੋ ਬੁਲੰਦ ਆਵਾਜ਼ ਨਾਲ ਮੁਹੰਮਦ ਵਾਲੇ ਮਾਮ ਅਜ਼ੀਮ ਤੋਹਫ਼ਾ ਜਲੀ ਨਾ ਦੇਂਦਾ ਸਰੇ ਕੀ ਦਾ ਕਤਤ ਸੁਣੋ ਅਜ਼ੀਮ ਤੋਹਫ਼ਾ ਜਲੀ ਨਾ ਦੇਂਦਾ ਵਲਾ ਨਾ ਦੇਂਦਾ ਵਲੀ ਨਾ ਦੇਂਦਾ ਜ਼ਰਾ ਤਾਂ ਦੱਸ ਕਿਆ ਬਣੇ ਹਾਂ ਸਾਡਾ ਜੇ ਅੱਲਾ ਸਾਕੂ ਅਲੀ ਨਾ ਦੇਂਦਾ ਤੁਸੀਂ ਮੇਰੇ ਕੋ ਦਾਦ ਹੀ ਨਹੀਂ ਰਹਿੰਦੇ ਤੇਰੇ ਖੱਬੇ ਸਾਈਡ ਲਿਆ ਛੱਡੀ ਦਾਦ ਮੇਰੇ ਕੋ ਚਾਹੀਦੀ ਨਹੀਂ ਪਤਾ ਲੱਗੇ ਵੀ ਇਮਾਮ ਹੁਸੈਨ ਦਾ ਜ਼ਿਕਰ ਹੋ ਰਿਹਾ ਕਿਉਂ ਜੀ ਐਸੀ ਦਾਦ ਰਿਹਾ ਜੋ ਪਤਾ ਤਾਂ ਲੱਗੇ ਜੋ ਜ਼ਿਕਰ ਪਾਕ ਜਾ ਰਹੀ ਹੈ ਜ਼ਰਾ ਤਾਂ ਦੱਸ ਕਿਆ ਬਣੇ ਹਾਂ ਸਾਡਾ ਜੇ ਅੱਲਾ ਸਾਕੂ ਬੋਲੋ ਤਾਂ ਸਹੀ ਅਲੀ ਨਾ ਦੇਂਦਾ ਅਲੀ ਅਲੈਹਿ ਸਲਾਮ ਦੀ ਇੱਜ਼ਤ ਵਿੱਚ ਇੱਕ ਬੁਲੰਤਰ ਸਲਵਾ ਕਸੀਦਾ ਸੁਣਵਾ ਮੈਂ ਤੱਕ ਆਓ ਯਾਰ ਕਸੀਦਾ ਪੜ੍ਹੋ ਕਸੀਦਾ ਤੱਕ ਸੁਣਵੇ ਨਾ ਇੱਕ ਦੁਆ ਸੁਣਵੇ ਨਾ ਦੁਆ ਦੁਆ ਸਾਰੇ ਮੰਗੋ ਇਹ ਮੇਰੀ ਦੁਆ ਨਹੀਂ ਤੁਹਾਡੀ 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 ਮਜਲਿਸ ਇਹ ਕੋਈ ਛੋਟੀ ਮਜਲਿਸ ਨਾ ਸਮਝੋ
ਇਹ ਪੂਰੀ ਵਰਲਡ 'ਚ ਵਹਿੰਦੀ ਪਈ ਹੈ। ਮੇਰੇ ਖਿਆਲ ਡੂ ਬੰਦੇ ਬਣਾਉਣ ਵਾਲੇ ਹਨ ਪੈ, ਮੁਲਤਾਨ ਆਜ਼ਾਦਾਰੀ ਵਾਲੇ ਵੀ ਅਤੇ ਤੁਹਾਡਾ ਕਿਹੜਾ ਅਜਰੇ ਰਿਸਾਲਤ ਵਾਲੇ ਵੀ, ਪੂਰੀ ਵਰਲਡ 'ਚ ਸਰ ਜੀ ਜਾ ਰਹੀ ਹੈ। ਹੇ ਕਸਮ ਖੁਦਾ ਮੌਲਾ, ਹੇ ਸਭ ਦੀ ਸਦਾ ਮੌਲਾ, ਇਹ ਦੁਆ ਹੈ। ਹੇ ਕਸਮ ਖੁਦਾ ਮੌਲਾ, ਹੇ ਸਭ ਦੀ ਸਦਾ ਮੌਲਾ, ਹੇ ਕਸਮ ਖੁਦਾ ਮੌਲਾ, ਹੇ ਸਭ ਦੀ ਸਦਾ ਮੌਲਾ, ਹੇ ਕਸਮ ਖੁਦਾ ਮੌਲਾ, ਹੇ ਸਭ ਦੀ ਸਦਾ ਮੌਲਾ, ਹੇ ਕਸਮ ਖੁਦਾ ਮੌਲਾ, ਹੇ ਸਭ ਦੀ ਸਦਾ ਮੌਲਾ, ਹੇ ਕਸਮ ਖੁਦਾ ਮੌਲਾ, ਹੇ ਸਭ ਦੀ ਸਦਾ ਸਦੀਕੀ ਸਾਹਿਬ, ਹੇ ਕਸਮ ਖੁਦਾ ਮੌਲਾ, ਹੇ ਸਭ ਦੀ ਬੋਲੋ ਗੁੰਗੇ ਤਾਂ ਕੋਈ ਨਹੀਂ ਵੇ, ਕਸਮ ਖੁਦਾ ਮੌਲਾ, ਹੇ ਸਭ ਦੀ ਸਦਾ ਚੋਪੋ ਬਾਂਧਣ ਜਿਹੜੇ ਗੁੰਗੇ ਹੋਵੇ, ਕਸਮ ਖੁਦਾ ਅੱਲਾ ਜ਼ਬਾਨ ਦਿੱਤੀ ਹੋਈ ਹੈ ਇਮਾਮ ਹੁਸੈਨ ਦੇ ਜ਼ਿਕਰ ਚ ਬੋਲਣ ਵਾਸਤੇ, ਮੌਲਾ ਚੁੱਪ ਬੰਦੇ ਕਬਰਿਸਤਾਨੇ ਚੰਗੇ ਲੱਗਦੇ ਨੇ, ਮੌਲਾ ਇੱਥਾਂ ਆ ਕੇ ਥੋੜਾ ਥੋੜਾ ਬੋਲੋ, ਮੌਲਾ ਨੇ ਤਾਂ ਯਾ ਅਲੀ ਯਾ ਅਲੀ, ਮੌਲਾ ਹੇ ਸਭ ਦੀ ਸਦਾ ਮੌਲਾ, ਹੇ ਕਸਮ ਖੁਦਾ ਮੌਲਾ, ਹੇ ਸਭ ਦੀ ਸਦਾ ਮੌਲਾ, ਹੇ ਕਸਮ ਖੁਦਾ ਮੌਲਾ, ਹੇ ਸਭ ਦੀ ਸਦਾ, ਸ਼ਾਬਾਸ਼ ਵੈਰੀ ਗੁੱਡ, ਹੇ ਕਸਮ ਖੁਦਾ ਤੁਹਾਡੀ ਦੁਆ ਹੈ ਸਰ, ਤੁਹਾਡੀ ਸਦਾ, ਤੁਹਾਡੀ ਤੇਰੀ ਮੇਰੀ ਇਹਨਾਂ ਦੀ, ਤੁਹਾਡੀ ਤੁਹਾਡੀ ਮੌਲਾ, ਹੇ ਸਭ ਦੀ ਸਦਾ ਕਿਹੜੀ ਮੌਲਾ, ਹੇ ਕਸਮ ਖੁਦਾ ਮੌਲਾ, ਹੇ ਸਭ ਦੀ ਸਦਾ ਮੌਲਾ, ਕਿ ਤੇਰੇ ਬਾਜੂ ਨਹੀਂ ਨਿਭਦੀ, ਕਿ ਤੇਰੇ ਬਾਜੂ ਤੇਰੇ ਬਾਜੋ ਨਹੀਂ ਨਿਭਦੀ, ਇਹ ਪਰਦਾ ਹਟਾ ਮੌਲਾ, ਹੇ ਕਸਮ ਖੁਦਾ ਮੌਲਾ, ਹੇ ਸਭ ਦੀ ਸਦਾ ਮੌਲਾ, ਹੇ ਕਸਮ ਖੁਦਾ ਮੌਲਾ, ਹੇ ਸਭ ਦੀ ਸਦਾ ਮੌਲਾ, ਕਿ ਤੇਰੇ ਬਾਜੋ ਨਹੀਂ ਨਿਭਦੀ, ਤੇਰੇ ਬਾਜੋ ਨਹੀਂ ਪਰਦਾ ਮੌਲਾ, ਹੇ ਕਸਮ ਖੁਦਾ ਮੌਲਾ, ਹੇ ਸਭ ਦੀ ਸਦਾ ਮੌਲਾ, ਹੇ ਕਸਮ ਖੁਦਾ ਮੌਲਾ, ਹੇ ਸਭ ਦੀ ਸਦਾ ਮੌਲਾ, ਬੜੀ ਮਿਹਰਬਾਨੀ ਸਰ ਜੀ, ਤਬੀਅਤ ਲੱਗੀ ਏ ਜ਼ਹੂਰ ਬੇਟਾ, ਮੋਬਾਈਲ ਬੰਦ ਕਰਕੇ ਇਹਦੀ ਸਾਇਲੈਂਟ 'ਤੇ ਲਾ ਦੇ, ਦਾ ਨਹੀਂ ਵਾਸਤੇ ਕੋਈ ਸਾਇਲੈਂਟ 'ਤੇ ਲਾ ਦੇ। ਮੇਰੇ ਪਾਸ ਲਿਖਿਆ ਏ ਸ਼ੇਰ ਪਿਆ ਪੜਦਾ, ਜਲਦੀ ਜਲਦੀ ਆਵੇ ਸ਼ਾਲ ਸੋਹਣਾ ਪੁੱਤਰ ਅਲੀ ਦਾ, ਹੈ ਦਰੀ ਜਲਦੀ ਜਲਦੀ ਆਵੇ ਸ਼ਾਲਾ ਸੋਹਣਾ ਪੁੱਤਰ ਅਲੀ ਦਾ, ਜਲਦੀ ਜਲਦੀ ਆਵੇ ਸ਼ਾਲਾ ਸੋਹਣਾ ਪੁੱਤਰ ਅਲੀ ਦਾ, ਜਲਦੀ ਜਲਦੀ ਇਲਾਈ ਅਮੀਨ ਤਾਖੋ ਸੋਹਣਾ ਪੁੱਤਰ ਅਲੀ ਦਾ, ਜਲਦੀ ਜਲਦੀ ਆਵੇ ਸੋਹਣਾ ਪੁੱਤਰ ਅਲੀ, ਅੱਖੀਆਂ ਤਰਸਨ ਵੇਖਣ ਕੀਤੇ ਬਾਹਰ ਨੂਰ ਜਲੀਦਾ, ਅੱਖੀਆਂ ਤਰਸਨ ਵੇਖਣ ਕੀਤੇ ਬਾਹਰ ਨੂਰ ਜਲੀਦਾ, ਨਾ ਹੁਣ ਤਰਸਾ ਆ ਮੌਲਾ, ਨਾ ਹੁਣ ਤਰਸਾ ਆ ਮੌਲਾ,
جلوہ وکھا مولا ہے قسم خدا ہاں تجھے حیدری یا امام المنتظر ہر بندے بلند آواز نہ لکھنے الاجل الاجل یا امام المنتظر یا امام المنتظر نعرہ حیدری مولا پر ہن نہیں ہوندا تیرے باج گزار حیدری کیتا ہے میں ستے ہوں تھا مذاکر ہی نہیں جنہوں کو میں تو پہلے آکے نیند رہی ہے یا ایلی منیو موج کرو کیتا ہے پر ہن نہیں ہوندا تیرے باج گزارا کیتا ہے پر ہن نہیں ہوندا تیرے باج گزارا کیتا ہے پر ہن نہیں ہوندا تیرے باج گزارا تو ہے مرشد کل شی تیرا اصل سہارا تو ہے مرشد کل جی سر چوئے تیرا اصل سہارا تو منبر سجا مولا تو منبر سجا مولا تو منبر سجا مولا تے کر دے عطا ہاں تجھے حیدری مولا ہے قسم خدا مولا ہے سب دی صدا مولا ہاں ٹھرے جندہ امام امام مہدی علیہ السلام دی دعا تے ہاں نہیں ٹھردا اللہ کرے کرا نہ ٹھرے ایویں دہی میں سکڑا راوے سا جاگ دے ہو تیرے پاک ظہور تے مولا ملا فتوے لاوے نہیں بے بولیں دے سمجھ نہیں آئی سر چوائے ہاں ہونے کچھ لوگ ہونوی میرے مولا دے بارچ ایسے ایسے الفاظ آنن انت لانت بارویں امام دا ظہور ہو سی تے پتہ لگ سی اور مولا فرمینن ہر ویلے میری آمد دی دعا میرے ظہور دی دعا منگی کرو مولا فرمینن ہر ویلے میری آمد دی اور میرے ظہور دی دعا منگی کرو ویلے نہ بیٹھے کرو مولا دی آمد دی دعا منگی کرو تو سا سڑے سو تو مولا آسے لیکن سر جی میرا دل لے تھوڑا دل لے ایک مطوری سارے اندھی طرف ہوں مولا دی بارگاہ ایک التجا کرنا چاہنا میں آدھا میں مسکین تے ہوئے آسے رب دی کرم نوازی میں مسکین تے حیدری میرے اہل سنت بھراوی تب بیٹھے ہیں جی آج انہاں کو داد نہ گینا مزین توال میں کو صدہ کیوں آوے آخر کوئی کام تھا میں ایسا دکھاں وانا اہل سنت بھی میں کو داد رہے ہیں ذرا سنائے میرے بھرا میں مسکین تے ہوئے ایسی رب دی کرم نواز مسکین تے ہووے ایسے رب دی کرم نوازے تیرے نال میں ٹردہ ویکھا غازی پاک نمازی حیدری
ਜ਼ਿੰਦਗੀ ਹੋਵੇ ਜੀਂਦੇ ਰਹੋ। ਮੈਂ ਪਿਆ ਪੜਦਾ ਮੈਂ ਮਸਕੀਨ ਤੇ ਹੋਵੇ ਐਸੇ ਰੱਬ ਦੇ ਕਰਮ ਨਵਾਜ਼ੇ ਮੈਂ ਮਸਕੀਨ ਤੇ ਹੋਵੇ ਸਰ ਐਸੇ ਰੱਬ ਦੇ ਕਰਮ ਨਵਾਜ਼ੇ ਤੇਰੇ ਨਾਲ ਮੈਂ ਟੁਰਦਾ ਵੇਖਾਂ ਕਾਦੇ ਪਾਕ ਨਮਾਜ਼ੇ ਤੇਰੇ ਨਾਲ ਚੁੰਡ ਭਰਵਾਣੇ ਵਾਲੇ ਤੂੰ ਕਾਬੇ ਵਿੱਚ ਆ ਆ ਮੌਲਾ ਤੂੰ ਕਾਬੇ ਵਿੱਚ ਆ ਮੌਲਾ ਤੂੰ ਕਾਬੇ ਵਿੱਚ ਸਿਰ ਚਾਵੇ ਮੌਲਾ ਤੇ ਅੱਲਾ ਮਿਲਵਾ ਮੌਲਾ ਕਸਮ ਖੁਦਾ ਆ ਤੂੰ ਚਾਹੇ ਦਰੀ ਮੌਲਾ ਕਸਮ ਖੁਦਾ ਮੌਲਾ ਕਿ ਤੇਰੇ ਬਾਜੂ ਨਹੀਂ ਨਿਭਦੇ ਕਿ ਤੇਰੇ ਬਾਜੂ ਨਹੀਂ ਨਿਭਦੇ ਕਿ ਤੇਰੇ ਬਾਜੂ ਨਹੀਂ ਨਿਭਦੇ ਮੌਲਾ ਖੁਦਾ ਮੌਲਾ ਸਭ ਦੀ ਸਦਾ ਮੌਲਾ ਤਬੀਅਤ ਲੱਗੀ ਹੈ ਬੋਲੋ ਤਾਂ ਸਹੀ ਦਿਲ ਖੁਸ਼ ਥੈ ਇੱਕ ਸਲਵਾਤ ਪੜੋ ਇੱਕ ਬੀਆ ਕਸੀਦਾ ਪੜ੍ਹਾਂ ਹੈਂਜੀ ਇੱਕ ਬੀਆ ਪੜ੍ਹਾਂ ਕਸੀਦਾ ਦਰੂਦ ਪੜੋ ਬੁਲੰਦ ਆਵਾਜ਼ ਨਾਲ ਪਿਛਲੇ ਡੀਆਂ ਕਸੀਦਾ ਪੜ੍ਹੇ ਮੈਂ ਮੁਬਾਹਲਾ ਤੇ ਹੋਰ ਪੜ੍ਹਨਾ ਮੁਬਾਹਲਾ ਥੋੜ੍ਹਾ ਜਿਹਾ ਡੱਸਾ ਵਾ ਮੁਬਾਹਲਾ ਈਸਾ ਤਵੱਜੋ ਹੈ ਮੇਰੇ ਪਾਸੇ ਈਸਾਈ ਨਜਰਾਨੀ ਨਸਰਾਨੀ ਇਹ ਆਖਦੇ ਹਨ ਕਿ ਹਜ਼ਰਤ ਈਸਾ ਅੱਲਾ ਦਾ ਬੇਟਾ ਹੈ ਤਵੱਜੋ ਹੈ ਕੋਈ ਸਮਝ ਆਉਂਦੀ ਪਈ ਹੈ ਕਿ ਇਹ ਅੱਲਾ ਦਾ ਬੇਟਾ ਹੈ ਹਜ਼ੂਰ ਫਰਮਾਉਂਦੇ ਹਨ ਕਿ ਈਸਾ ਅੱਲਾ ਦਾ ਬੇਟਾ ਨਹੀਂ ਅੱਲਾ ਦਾ ਨਬੀ ਹੈ ਉਹ ਇਸ ਗੱਲ ਤੋਂ ਨਾ ਮੁੜਦੇ ਤਵੱਜੋ ਹੈ ਉਹ ਇਸ ਗੱਲ ਤੋਂ ਨਾ ਮੁੜਦੇ ਉਹ ਆਖਦੇ ਹਨ ਅੱਲਾ ਦਾ ਬੇਟਾ ਹੈ ਨਬੀ ਆਖਦੇ ਹਨ ਇਹ ਅੱਲਾ ਦਾ ਬੇਟਾ ਨਹੀਂ ਇਹ ਅੱਲਾ ਦਾ ਨਬੀ ਹੈ ਜਿਵੇਂ ਆਦਮ ਨਬੀ ਹੈ ਜਿਵੇਂ ਆਦਮ ਮਿੱਟੀ ਤੋਂ ਬਣਿਆ ਹੈ ਇਵੇਂ ਇਹ ਵੀ ਅੱਲਾ ਨੇ ਜਿਵੇਂ ਖਲਕ ਕੀਤਾ ਹੈ ਜਿਵੇਂ ਆਦਮ ਕੋ ਕੀਤਾ ਹੈ ਉਵੇਂ ਈਸਾ ਅਲੈਹ ਸਲਾਮ ਕੋ ਕੀਤਾ ਹੈ ਇਹ ਵੀ ਅੱਲਾ ਦਾ ਨਬੀ ਹੈ ਉਹ ਨਾ ਮੰਨੇ ਰਿਸਾਲਾ ਤੇ ਮਾਫ਼ ਫਰਮਾਇਆ ਮੇਰਾ ਅੱਲਾ ਹੈ ਤਾਂ ਨਹੀਂ ਮੰਨੇਂਦੇ ਆਵਾਜ਼ ਕੁਦਰਤ ਆਈ ਵੱਲ ਇਸ ਤਰ੍ਹਾਂ ਕਰੋ ਇਹਨਾਂ ਕੋ ਆਖ ਤੁਸਾਂ ਆਪਣੀਆਂ ਔਰਤਾਂ ਗਿਣਾਓ ਅਸਾਂ ਆਪਣੀਆਂ ਔਰਤਾਂ ਗਿਣਨਾ ਨੇ ਹੈ ਤੁਸਾਂ ਆਪਣੇ ਨਫੂਸ ਗਿਣਾਓ ਅਸਾਂ ਆਪਣੇ ਨਫੂਸ ਗਿਣਨਾ ਨੇ ਹੈ ਤੁਸਾਂ ਆਪਣੇ ਮਰਦ ਗਿਣਾਓ ਅਸਾਂ ਆਪਣੇ ਇੱਕ ਜਗ੍ਹਾ 'ਤੇ ਬਹਿ ਕੇ ਮੁਬਾਹਲਾ ਕਰਦੇ ਹਾਂ ਅਤੇ ਜਿਹੜਾ ਝੂਠਾ ਹੋਵੇ ਉਸ 'ਤੇ ਅੱਲਾ ਦੀ ਲਾਨਤ ਕਰੇ ਸੋ ਇੱਕ ਆਦਨ ਮੁਬਾਹਲਾ ਇੱਕ ਹੁੰਦਾ ਹੈ ਮੁਜਾਦਲਾ ਇੱਕ ਹੁੰਦਾ ਹੈ ਮੁਬਾਹਲਾ ਗਿਲਾਨੀ ਸਾਹਿਬ ਤੁਸੀਂ ਤਾਂ ਮਾਸ਼ਾਅੱਲਾ ਮੇਰਾ ਸਾਹਮਣੇ ਪੜ੍ਹਾ ਲਿਖਾ ਮੁਲਤਾਨ ਦਾ ਕੈਸਰ ਅਬਾਸ ਮੁਜ਼ੱਯਨ ਮਜਮਾ ਹੈ ਜਿਹੜਾ ਬਜ਼ੋਰੇ ਸ਼ਮਸ਼ੀਰ ਜਾਂ ਬਜ਼ੋਰੇ ਤਲਵਾਰ ਜੋ ਹੋਵੇ ਉਸ ਕੋ ਆਉਂਦੇ ਹੈ ਮੁਜਾਦਲਾ ਔਰ ਜਿਹੜਾ ਬਜ਼ੋਰੇ ਸਦਾਕਤ ਕੀਤਾ ਵਣੇ ਉਸ ਕੋ ਆਉਂਦੇ ਹੈ ਮੁਬਾਹਲਾ ਉਹ ਵੀ ਪੈਗੰਬਰ ਕਰੇ ਤਵੱਜੋ ਹੈ ਜਾਂ ਕੋਈ ਨਾ ਸਿਰ ਹਿਲਾਵਣ ਵਾਲੇ ਮੇਰੇ ਲਾਲੇ ਸਿਰ ਤਾਂ ਹਿਲਾਓ ਚਲੋ ਸਿਰ ਹਿਲਾਓ ਈ ਕਰੋ ਈ ਕਰੋ ਈ ਕਰੋ ਤੁਹਾਡੀ ਰੱਗ ਤੇ ਰੱਗ ਚੜਵੇ ਸੀ ਬੋਲੋ ਮੇਰੇ ਨਾਲ ਅੱਛਾ ਭਾਈ ਤਨ ਪਾਕ ਟੁਰ ਪਏ ਉਹਨੂੰ ਈਸਾਈ ਆ ਗਏ ਇਹਨੂੰ ਭਾਈ ਤਨ ਪਾਕ ਟੁਰ ਪਏ
ਚਾਦਰ ਦੇ ਤੱਲੇ ਆ ਕੇ, ਇੱਕ ਚਾਦਰ ਦੇ ਤੱਲੇ ਇਹ ਪਾਕ ਟੁਰ ਪਏ। ਇਹ ਹੈ ਮੇਰੇ ਕਸੀਦੇ ਦਾ ਉਨਵਾਨ। ਹੁਣ ਅਗੂ ਕਸੀਦਾ ਜਨਾਬ ਕੁਝ ਮੁਬਾਹਲਾ ਕੇ ਲੀਏ, ਮੁਬਾਹਲਾ ਕੇ ਲੀਏ, ਬੈਠੀ ਹੋ ਟੁਰ ਗਏ ਹੋ, ਮੈਂ ਕੁਤੇ ਲੱਗਦੇ ਚਲੇ ਗਏ ਹੋ। ਸ਼ਾਬਾਸ਼ ਸ਼ਾਬਾਸ਼, ਤੁਹਾਨੂੰ ਮੈਂ ਥੋੜੀ ਜਿਹੀ ਗੱਲ ਸਮਝਾਈਏ, ਸਮਝ ਆਈਏ ਮੇਰੀ ਗੱਲ, ਸਮਝ ਆਈਏ ਜੋ ਮੈਂ ਥੋੜੀ ਦੇਰ ਪਹਿਲੇ ਤਕਰੀਰ ਕੀਤੀ ਹੈ। ਉਹ ਬਿਲਕੁਲ ਸ਼ੀਆ ਸੁੰਨੀ ਦਾ ਫਿੱਕਾ, ਇਹ ਜਿਹੜਾ ਮੈਂ ਉਨਵਾਨ ਤਾਂ ਕੁ ਦੱਸਾ ਹੈ, ਹਰ ਮਜ਼ਹਬ ਹਰ ਫਿਰਕਾ ਇਸ ਕੋ ਤਸਲੀਮ ਕਰਦਾ ਹੈ। ਸਰ ਜੀ ਚੱਲੇ ਨੂਰ ਕੇ ਪੈ ਕਰ ਮੁਬਾਹਲਾ ਚਲੇ ਨੂਰ ਕੇ ਪੈ ਕਰ ਮੁਬਾਹਲਾ, ਨਾਰੇ ਹੈਦਰੀ ਮੁਬਾਹਲਾ ਸਰ ਚਲੇ ਨੂਰ ਕੇ ਪੈ ਕਰ ਮੁਬਾਹਲਾ। ਇੱਕ ਦਫਾ ਸਿਰ ਚਵਾਏ, ਸਿਰਫ ਨੂਰ ਕੇ ਪੈ ਕਰ ਪਾਂਚ ਦੇ ਨਿਕੇ ਰਹਿ ਬਰ ਮੁਬਾਹਲਾ ਕੇ ਲਈ ਆ ਤੂੰ ਚਾਹੇ ਦਰੀ ਯੇ ਪਾਂਚ ਦੀ ਨਿਕੇ ਰਹਿ ਬਰ ਮਜਲੇ ਸੱਚ। ਸਰ ਜੀ ਤਬਲੀਗ ਹੋਣੀ ਚਾਹੀਦੀ ਹੈ, ਇਨਫੋਰਮੇਸ਼ਨ ਮੇਰੇ ਅਹਿਲ ਸੁਨਤ ਬਿਰਾ, ਮੇਰੇ ਸ਼ੀਆ ਬਿਰਾ, ਮੇਰੇ ਸਾਰੇ ਲਾਲੇ ਸਾਰੇ ਜੋ ਇਕੱਠੇ ਹੋ, ਅਤੇ ਮੇਰਾ ਜੋ ਮੁਲਤਾਨ ਹੈ ਅਤੇ ਮਜਲਿਸ ਜੋ ਪੜ੍ਹਨ ਆਇਆ, ਕੋਈ ਸ਼ਾਇਦ ਤੁਹਾਡੀ ਸਮਝ 'ਚ ਵੀ ਆਵੇ ਮੁਬਾਹਲਾ ਕੇ ਲੀਏ, ਮੁਬਾਹਲਾ ਕੇ ਲੀਏ ਯੇ ਪਾਂਚ ਦੀਨ ਕੇ ਰਾਬਰ ਮੁਬਾਹਲਾ ਕੇ ਲੀਏ ਰਸੂਲ ਪਾ ਪੰਜ ਹਿੰਦ ਕਿਹੜੇ ਮੁਜ਼ੱਯਨ ਰਸੂਲ ਪਾ ਰਸੂਲ ਪਾ ਕਿ ਅਲੀ ਮੁਰ ਤਜ਼ਾ ਹੁਸੈਨ ਹੈ ਸਾਥ ਸੂਰੇ ਕੌਸਰ ਮੁਬਾਹਲ ਹਾਂ ਤੂੰ ਜਹੈਦਰੀ। ਬੜੀ ਮਿਹਰਬਾਨੀ ਹੈਦਰੀ ਰਸੂਲ ਪਾਕ ਅਲੀ ਮੁਰਤਜ਼ਾ ਹੁਸੈਨ ਰਸੂਲ ਪਾਕ ਅਲੀ ਮੁਰਤਜ਼ਾ ਹੁਸੈਨ ਰਸੂਲ ਅਲੀ ਮੁਰਤਜ਼ਾ ਹੁਸੈਨ ਹਸਨ
تو سورہ کوثر مباہلہ کے لیے لالے ہیلو کوئی سمجھ آتی پی ہے؟ ہاں جی سر جی ایک میں چار سترہ تک سنوا وا دو مرتبہ یہ پانچ اکٹھے ہوئے مگر او یار جاگو یار جاگو او جاگو یار دو بار دو مرتبہ یہ پانچ ہیلو اکٹھے ہوئے مگر بنتی رہی ہے مالک و مختار فاطمہ. ہر بندے کو سمجھ نہیں آ سکتی میری گل دی، ہر بندہ سمجھ نہیں سکتا، جڑا مجلس سے وہ سمجھے گا، جڑا مینٹلی طور پہ مجلس سے وہ سنے گا، باقی سمجھ. دو مرتبہ یہ پانچ اکٹھے ہوئے مگر بنتی رہی ہے مالک و سر جی مختار فاطمہ. تطہیر کی ردا ہو یا بزم مباہلہ دونوں جگہ ہے مرکزی کردار فاطمہ. اج دی مجلس میں پڑھ چھڑیے، مجلس میں پڑھ چھڑیے، بنتی رہی ہے مرکز کردار فاطمہ مباہلہ کے لیے، مباہلہ کے لیے، مباہلہ. ہیلو کے لیے ایک منٹ سنے، ہن میں ایک بڑی باریک گل کرنی ہے، سنے. مجھ اس کے پاؤں پہ پاؤں علی کے آتے ہیں، وہ جس کے پاؤں پہ پاؤں علی کے سر تچاؤ. رسول پاک دی ایک انگلی نال امام حسن امام حسین کو گود چایا ہویا، پچھو سیدہ پچھو علی علیہ السلام. وہ جس کے پاؤں پہ پاؤں سر چاؤ سر جی، وہ جس کے پاؤں پہ پاؤں علی کے آتے ہیں، چلی رسول کی دختر مباہلہ کے لیے، مباہلہ کے لیے، مباہلہ کے لیے، مباہلہ کے لیے، بچھاؤ جا کے پروں کو حسین راہوں میں. اللہ دی آواز قدرت آئی ہے، ملائکہ ملائکہ بچھاؤ جا کے پروں. ذرا کافیہ کافیہ دا لطف کی نئے، کافیہ دا لطف کی نئے کہ پیکر دین کے رہبر سورہ کوثر ایک کافی ہے. اب آدھے قدرت آئی، بچھاؤ جا کے پروں کو حسین راہوں میں، بچھاؤ جا کے پروں کو کیوں اللہ پیاد وہ چل کے جاں اے پرو پر مباہلہ کے لیے، ہاتھ اچھے حیدر ہی. اچھا کیسر شاہ انہیں نصرانیہ نٹھا حکمت میں تکوں حقیقت سنے دا پیا اور بالکل جینون او گل سنے دا پیا جیڑی تاریخ اچ ہے
ਉਹਨਾਂ ਡਿੱਠਾ ਉਹਨਾਂ ਦੇ ਪਾਦਰੀ ਦੇਖ ਕੇ ਕਈ ਤੋਂ ਪੁੱਛਿਆ ਕੌਣ ਕੌਣ ਪਏ ਆਂਦਨ ਤਵੱਜੋ ਹੈ ਇੱਕ ਚਾਦਰ ਦੇ ਤੱਲੇ ਇਹ ਕੌਣ ਹਨ ਉਹਨਾਂ ਆਖਿਆ ਇਹ ਅੱਗੋਂ ਅੱਗੋਂ ਰਸੂਲੇ ਪਾ ਕੇ ਨਾਲ ਉਹਦੇ ਹੁਸੈਨ ਏ ਛੋਟਾ ਬੱਚਾ ਨਵਾਸ ਹੈ ਨਾਲ ਉਂਗਲੀ ਨਾਲ ਵੀ ਹੈ ਨਵਾਸ ਹੈ ਪਿੱਛੂ ਉਹਦੀ ਬੇਟੀ ਸੈਯਦਾ ਏ ਉਹਦੇ ਪਿੱਛੋਂ ਅਲੀ ਏ ਪਰ ਪਾਦਰੀ ਉਹਨਾਂ ਦਾ ਵੱਡਾ ਦੇ ਨਹੀਂ ਕਰੇਂਦੇ ਮੂੰਹ ਬਹਲਾ ਆਓ ਵਾਪਸ ਚੱਲੂ ਉਹਨਾਂ ਹੈਰਾਨ ਹੋ ਕੇ ਆਖਿਆ ਕਿਉਂ ਨਹੀਂ ਕਰਦੇ ਤੇ ਉਹਨਾਂ ਦੇ ਪਾਸੇ ਦੇਖ ਕੇ ਆਦੇ ਹਮ ਮਿਲ ਕੇ ਸਾਥ ਕਰੇਂਗੇ ਮੁਬਾਹਲਾ ਕੈਸੇ ਸਰ ਜੀ ਸਰ ਜੀ ਓ ਮੇਰਾ ਅੱਲਾ ਮੇਰੀ ਮਦਦ ਹਮ ਮਿਲ ਕੇ ਸਾਥ ਕਰੇਂਗੇ ਮੁਬਾਹਲਾ ਕਿਉਂ ਨਹੀਂ ਹੈ ਸ਼ਾਨ ਬਰਾਬਰ ਮੁਬਾਹਲਾ ਨਹੀਂ ਹੈ ਸ਼ਾਨ ਬਰਾਬਰ ਬੋਲੋ ਤਾਂ ਸਹੀ ਯਾਰ ਓ ਯਾਰ ਬੋਲੋ ਤਾਂ ਸਹੀ ਮੈਂ ਖਪਦਾ ਕਹਿਣਾ ਕਾਫੀ ਦੇਰ ਦਾ ਪੰਜ ਬੰਦੇ ਤੁਹਾਡੀ ਵਾਸਤੇ ਟੰਗੇ ਖੜੇ ਆ ਨਹੀਂ ਹੈ ਸ਼ਾਨ ਬਰਾਬਰ ਮੁਬਾਹਲਾ ਕੇ ਲੀਏ ਉਹ ਆਦੇ ਨਹੀਂ ਕਰਨਾ ਇਹਨਾਂ ਨਾਲ ਮੁਬਾਹਲਾ ਇਹ ਹੋਰ ਅਸਾਂ ਹੋਰ ਹੈ ਉਹਨਾਂ ਪੁੱਛਿਆ ਉਹ ਕਿਵੇਂ ਪਾਦਰੀ ਉਹਨਾਂ ਦਾ ਦੇਖ ਕੇ ਆਦੇ ਅਗਰ ਯੇ ਚਾ ਹੈ ਤੋ ਸਾਕਿਨ ਪਹਾੜ ਵੀ ਬੋਲ ਸਿਰ ਤਾਂ ਚਾਹੋ ਇੱਜ਼ਤ ਸੈਯਦਾ ਸੁਣਨ ਵਾਲੇ ਬਿਸਮਿਲਾ ਉਹ ਆਦੇ ਹੋਰ ਅਗਰ ਇਹ ਚਾਹੇ ਤੋ ਸਾਕਿਨ ਪਹਾੜ ਵੀ ਬੋਲੇ ਇਹ ਆ ਰਹਾ ਹੈ ਵਹੀ ਘਰ ਮੁਬਾਹਲਾ ਕੇ ਲੀਏ ਮੁਬਾਹਲਾ ਕੇ ਲੀਏ ਬੜੀ ਮਿਹਰਬਾਨੀ ਸਲਵਾਤ ਤਾਂ ਪੜੋ ਬੁਲੰਦ ਆਵਾਜ਼ ਦੇ ਨਾਲ ਪਾਣੀ ਦਾ ਗੁੱਟ ਨਹੀਂ ਯਾਰ ਵੱਲ ਵੀ ਦਰੂਦ ਪੜੋ ਮੁਹੰਮਦ ਵਾਲੇ ਮੁਹੰਮਦ ਸਾਡੇ ਇੱਕ ਦੋਸਤ ਬਿਮਾਰ ਹਨ ਖਾਲਿਕ ਕਾਇਨਾਤ ਉਹਨਾਂ ਕੋ ਜ਼ਿੰਦਗੀ ਔਰ ਸਿਹਤ ਅਤਾ ਫਰਮਾਵੇ ਅੱਜ ਦੀ ਰਾਤ ਦਾ ਸਦਕਾ ਜਨਾਬ ਅਜ਼ਹਰ ਖਾਨ ਸਾਹਿਬ ਕੋ ਮੌਲਾ ਜ਼ਿੰਦਗੀ ਔਰ ਸਿਹਤ ਅਤਾ ਫਰਮਾਵੇ ਬਾਕੀ ਵੀ ਜਿਤਨੇ ਲੋਕ ਇਸ ਮਜਲਿਸ ਵਿੱਚ ਮੌਜੂਦ ਹਨ ਕਈ ਦੀ ਕੋਈ ਦੁੱਖ ਤਕਲੀਫ ਪਰੇਸ਼ਾਨੀ ਮੇਰਾ ਅੱਲਾ ਦੂਰ ਫਰਮਾਵੇ ਨੇਕ ਰਾਤ ਏ ਨੇਕ ਦੀ ਸ਼ੁਰੂ ਥੀ ਗਏ ਮੌਲਾ ਦੇ ਮੁਹਰਮ ਸ਼ੁਰੂ ਥੀ ਗਏ ਇੱਕ ਦਰੂਦ ਪੜੋ ਮੁਹੰਮਦ ਵਾਲੇ ਮੁਹੰਮਦ ਇੱਕ ਤਾਂ ਕੌਲੇ ਨਬੀ ਹੈ ਦੂਜੇ ਅੱਲਾ ਵਾਲੇ ਗੱਲੇ ਦੂਜੇ ਅੱਲਾ ਵਾਲੇ ਗੱਲੇ ਇੱਕ ਤਾਂ ਕੌਲੇ ਨਬੀ ਹੈ ਦੂਜੇ ਅੱਲਾ ਵਾਲੇ
ਵਾਲੀ ਗੱਲੇ ਦੂਜੀ ਅੱਲਾ ਵਾਲੀ ਗੱਲੇ ਇੱਕ ਤਾਂ ਕੋਲੇ ਨਬੀ ਦੂਜੀ ਅੱਲਾ ਵਾਲੀ ਗੱਲੇ ਦੂਜੀ ਅੱਲਾ ਵਾਲੀ ਗੱਲੇ ਇੱਕ ਤਾਂ ਕੋਲੇ ਨਬੀ ਦੂਜੀ ਅੱਲਾ ਵਾਲੀ ਗੱਲੇ ਦੂਜੀ ਅੱਲਾ ਵਾਲੀ ਗੱਲੇ ਦੁਸ਼ਮਣ ਮੌਲਾ ਅਲੀ ਦਾ ਸੱਤਾ ਦੋਜ਼ ਖਾਂ ਦਾ ਬੱਲੇ ਜ਼ਿੰਦਗੀ ਹੋਵੇ ਮੁਲਤਾਨ ਨਾ ਲਿਓ ਮੈਂ ਆਦਾ ਟੁਰਿਆ ਸਯਾਦ ਮੁਸਾਫਿਰ ਵਤਨੂ ਜੋ ਕਾਲ ਦਾ ਕੇ ਟੁਰਿਆ ਸਯਾਦ ਮੁਸਾਫਿਰ ਵਤਨੂ ਜੋ ਕਾਲ ਦਾ ਕੇ ਭੇਣੀ ਨਾਲ ਰਲਾ ਕੱਲੀ ਸੁਗਰਾ ਜਲਦੀ ਜਲਦੀ ਵਾਲੇ ਰੋ ਪਿਓ ਕੋਸ਼ਿਸ਼ ਕਰਾਏ ਮੁਹਰਮ ਦੇ ਨੀ ਮੁਹਰਮ ਦੀ ਇਬਤਦਾ ਉਹ ਮੁਲਤਾਨ ਲਿਓ ਉਮਤ ਵਤਨ ਛੁੜਾਇਆ ਕਈ ਕੂ ਤਰਸ ਉਮਤ ਵਤਨ ਛੁੜਾਇਆ ਕਈ ਕੂ ਤਰਸ ਟੁਰਿਆ ਦੀ ਗਿਰ ਦੇ ਵੇਲ ਕੋਈ ਵੀ ਰੋਕਣ ਨਾ ਆਇਆ ਟੁਰਿਆ ਦੀ ਗਿਰ ਦੇ ਵੇਲੇ ਕੋਈ ਵੀ ਰੋਕਣ ਨਾ ਆਇਆ ਅੱਜ ਤਾਂ ਟਿਕ ਪਾਈ ਥਾ ਕਈ ਵੀ ਕੀਤਾ ਨਾ ਭਾਲੇ ਵਾਲਸਾ ਸੁਣੋ ਉਮਤ ਵਤਨ ਛੁੜਾਇਆ ਕਹੀਂ ਕੋ ਤਰਸ ਨਾ ਆਇਆ ਉਮਤ ਵਤਨ ਛੁੜਾਇਆ ਕਹੀਂ ਕੋ ਤਰਸ ਨਾ ਆਇਆ ਟੁਰਿਆ ਦੀ ਗਰਦ ਵੇਲੇ ਕੋਈ ਵੀ ਰੋਕਣ ਨਾ ਆਇਆ ਅੱਜ ਤਾਂ ਟਿਕ ਪੋਈ ਥਾਈ ਕਈ ਵੀ ਕੀਤਾ ਨਾ ਭਾਲੇ ਟੁਰ ਪਿਆ ਹੁਸੈਨ ਕੱਲਾ ਨਹੀਂ ਟੁਰਿਆ ਧੀਆਂ ਨਾਲ ਬੇਣੀ ਨਾਲ ਪਹੁੰਚ ਗਏ ਕਰਬਲਾ ਚੜ ਪਿਆ ਦਾਵੀ ਦਾ ਜ਼ੁਲਮ ਦਾ ਨੀ ਨਾ ਚੜਿਆ ਡਾਵੀ ਦੀ ਨਾ ਰੁੱਲੇ ਨਾ ਅਲੀ ਦੀਆਂ ਸ਼ਰੀਫ ਦੀਆਂ ਓ ਮੋਮਿਨ ਮੁਲਾਦ ਅਕਬਰ ਕੁਰੋਂ ਦੀਆਂ ਵਧੀਆਂ ਜੋ ਕਾਸਿਮ ਦੇ ਟੁਕੜੇ ਆ ਗਏ ਅਜਣ ਕਾਸਿਮ ਕੁਰਾਜ ਨਾਇਨ ਰੁਨੀਆਂ ਜੋ ਗਾਜ਼ੀ ਦੇ ਅਲਮ ਆ ਗਏ ਅਜਣ ਗਾਜ਼ੀ ਦੇ ਬਾਜ਼ੂਆਂ ਕੁਰੋਂ ਦੀਆਂ ਵਧੀਆਂ ਅਲੀ ਅਸਗਰ ਟੁਰ ਪਿਆ ਡਲ ਪਈ ਡਾਵੀ ਦੀਦੀ ਗੇਰ ਬੰਦ ਪੜਦਾ ਡੱਲੀ ਦੀ ਗਿਰ ਜੇਠ ਅਠਾਰਾਂ ਦੀ ਮੋਮਿਨ ਵਿੱਚ ਕਰਬਲ ਦੇ ਸਹਰਾਏ ਤੇ ਲੈ ਬੈਠਾ ਏ ਫਖਰ ਨਬੀਆਂ ਦਾ ਜ਼ਿੰਦਗੀ ਦਿੱਤਾ ਸੁਣ ਸੋ ਉਹ ਦੂੜ ਫੱਟੀ ਅਤੇ ਹੱਟੀਆਂ ਨੂੰ ਫੌਜਾ ਆਇਆ ਬੇਣ ਕੁ ਨਜ਼ੇਰ ਫਿਰਾਏ ਬੀਬੀ ਆਦੀ ਹੁਣ ਕੌਣ ਹੋਵੇ
ਜਿਹੜਾ ਵੀਰ ਮੇਰੇ ਦੀ ਆਵੇ ਤਾ ਤੁਲ ਹਰ ਨੌਕਰਾ ਕਿਆ ਬਾਤ ਹੈ ਬੜਾ ਪੁਰਾਣਾ ਬੰਦ ਪੜਿਆ ਮੈਂ ਪਿਆਦਾ ਏ ਦਸਤੂਰ ਜਦਾ ਮੁਸ਼ਕਿਲ ਹੋਵੇ ਬਿਰਾ ਬਿਰਾਵਾਂ ਦੀ ਕੰਡ ਦਾ ਜ਼ੋਰ ਹੁੰਦਨ ਬਿਰਾ ਬਿਰਾਵਾਂ ਦਾ ਮਾਣ ਹੁੰਦਨ ਭਾਵੇਂ ਜਿਹੜੇ ਲੜੇ ਹੋਏ ਹੋਵਨ ਜਦਾਂ ਇੱਕ ਬਿਰਾ ਤੇ ਔਖੀ ਬਣ ਵਜੇ ਵੀ ਆ ਬਿਰਾ ਦੇਰ ਨਹੀਂ ਕਰਦਾ ਇੱਕ ਬੰਦ ਸੁਣਾਏ ਜੇ ਰੋਵਣੇ ਜੇ ਮੁਕਾਣ ਦੇਵਣੀ ਇਹ ਦਸਤੂਰ ਜਦਾਂ ਮੁਸ਼ਕਿਲ ਹੋਵੇ ਤੇ ਆਂਦੇ ਖੂਨ ਦੇ ਰਿਸ਼ਤੇ ਯਾਦੇ ਜਿਹਦੇ ਜੀਂਦੇ ਹੁੰਦੇ ਵਿੱਚ ਮੁਸ਼ਕਿਲ ਦੇ ਉਂਦੀ ਆ ਕਰ ਦਿਲ ਕਰੇ ਸੋ ਮਾਤਮ ਸੁਣ ਸੋ ਉਹ ਪਾਇਆ ਹੱਥ ਸ਼ਬੀਰ ਦੀਆਂ ਜ਼ੁਲਫਾਂ ਵਿੱਚ ਉਹ ਜਲਾ ਸਿਮਰਨ ਨਾਲ ਜਫਾ ਦੇ ਸਿਆ ਦਾਦਾ ਤੇਰੀ ਜੁਰਤ ਨਹੀਂ ਅੱਜ ਕੰਡ ਮੈਰੀ ਤੇ ਹੋਂਦੇ ਹੱਥ ਅੱਬਾ ਅਜਣ ਨਹੀਂ ਕੋਸ਼ਿਸ਼ ਕਰੇ ਜਿੱਤ ਲੱਥ ਹੈ ਉਤ ਕੁੱਠਾ ਨਹੀਂ ਜਿੱਤ ਸ਼ਹੀਦ ਹੋਇਆ ਉਤ ਦਫਨ ਨਹੀਂ ਹੋਇਆ ਬਸ ਜ਼ਿਆਦਾ ਨਹੀਂ ਬਹੁ ਸਾਰਾ ਪੜ ਗਈ ਦੇ ਮੈਂ ਬਹੁ ਦੇਰ ਸੀ ਗਈ ਪੜ੍ਹਦੇ ਪੜ੍ਹਦੇ ਇੱਕ ਮਿੰਟ ਮੇਰੇ ਪਾਸ ਲਿਖਾ ਹੈ ਤਾਂ ਕੋਈ ਦਰਦ ਸੁਣਵਾਵਾਂ ਆ ਗਏ ਕਮੀਨਾ ਆਦੇ ਹੁਸੈਨ ਜਾਗ ਸੈਯਦਾ ਦੇ ਇਮਾਮ ਗਾਫਿਲ ਨਹੀਂ ਹੁੰਦਾ ਮੇਰੀਆਂ ਦੋ ਗੱਲਾਂ ਸੁਣ ਇਹ ਅਰਬ ਦਾ ਰਿਵਾਇਜ ਹੈ ਕਿ ਮਕਤੂਲ ਕਾਤਿਲ ਕੁਆ ਦੇ ਮੇਰੀਆਂ ਦੋ ਗੱਲਾਂ ਮਨ ਰਿਵਾਜ ਹੈ ਰਬ ਆਦੇ ਦੱਸ ਸੈਯਦਾ ਦੇ ਸੂਰਜ ਲਾਣ ਦੇ ਆਦੇ ਬਚਣਾ ਤਾਂ ਕੋਈ ਨਹੀਂ ਵੱਲ ਸੂਰਜ ਦੇ ਲਾਉਣ ਦਾ ਇੰਤਜ਼ਾਰ ਕਿਉਂ ਕਰੇ ਨੇ ਸੈਯਦਾ ਦੇ ਜੀਵਨ ਦੇ ਸ਼ੌਕ ਮੁੱਕ ਗਏ ਮੇਰਾ ਤਾਂ ਗਾਜ਼ੀ ਟੁਰ ਗਈ ਹੈ ਮੇਰਾ ਤਾਂ ਅਕਬਰ ਟੁਰ ਗਈ ਹੈ ਲਿਖਾਏ ਕਿ ਇਹ ਭੇਣ ਬਿਰਾ ਕਿਤਨੇ ਬਹਾਦਰ ਹਨ ਔਰ ਕਿਤਨੇ ਸਾਬਿਰ ਹਨ ਇਹ ਆਦੇ ਕਿਉਂ ਇੰਤਜ਼ਾਰ ਕਰੇ ਨੇ ਸੈਯਦਾ ਦੇ ਦਰਵਾਜ਼ੇ ਤੂੰ ਮੇਰੀ ਭੇਣ ਬੈਠੀ ਦੇ ਦੀਏ ਤੂੰ ਜ਼ਰਬਾ ਮਾਰੇ ਕੁਸਦਾ ਦੇਖ ਕੇ ਬਾਹਰ ਨਾ ਆਵਣੇ ਅਲੀ ਦੀ ਗੈਰਤਮੰਦ ਦੀ ਇਹ ਗੱਲ ਸੁਣੀਏ ਹੱਕਲ ਮਾਰ ਕੇ ਬੀਬੀ ਆਦੀਏ ਇੰਦੀ ਮਿੰਨਤ ਨਾ ਕਰ ਜਿਵੇਂ ਕਹੁੰਦਾ ਹੀ ਕੋਸਵਾਨ ਉਹ ਹੋਇਆ ਵਾਦਾ ਬਹਿਰ ਨਾ ਆਸਾ ਉਹ ਜੇ ਨਾ ਨਾ ਆਸੀ ਯਸਰਬ ਤੂੰ ਮੈਂ ਨਾਲ ਕਨਾ ਨੌਕਰਾ ਨੌਕਰਾ ਸੁਣ ਦਿਓ ਥੋੜ੍ਹਾ ਜਿਹਾ ਅਮਰ ਸਾਹਿਬ ਅੱਛਾ ਸੈਯਦਾ ਦੇ ਅੱਲਾ ਦੀ ਨਮਾਜ਼ ਤਾਂ ਪੜ੍ਹਨ ਦੇ ਆਦੇ ਹੁਸੈਨ ਨਮਾਜ਼ ਕਿਵੇਂ ਪੜ੍ਹਨ ਦੇ ਵਾ ਮੈਂ ਤਾਂ ਕੋਹਣ ਹੀ ਨਮਾਜ਼ ਕੋ ਆਇਆ ਤਯੰਮਮ ਕੀਤਾ ਮੇਰੇ ਮੌਲਾ ਨੇ ਤਯੰਮਮ ਕੀਤਾ ਇਸ ਨਮਾਜ਼ ਵਾਸਤੇ ਪਹਿਲੀ ਰਕਾਤ ਦਾ ਸਜਦਾ ਦਿੱਤਾ ਇਹ ਕਮੀਨਾ ਖੰਜਰ ਤੇਜ਼ ਕਰਿੰਦਾ ਰਹੇ ਇਮਾਮ ਇੱਥੇ ਇਹ ਗੱਲ ਕੀਤੀ ਹੈ
درد والے سنوا وا سیدا دہیک لہذا میں کو قتل نہ کر او میں کو کرن دے استقبالے میرا نانا آ گئے وچ مقتل دے گھن تھی اجڑی سن سو میں صاحب دی اے گل سن سو سنی او ہوندا نام ایک رشتہ او ماواندا اے دنیا تے قائم مثال سیدہ دے میں کما دے سامنے قتل نہ کر میرے چھوڑ دے سر جملہ میں صاحب بس مکا رہنا آؤ وین پڑا موبائل بند کرا بیٹا اس پہلی ضرب ماریے امام حسین اللہ کو یاد کیتا ہے انہیں دوجی ضرب ماریے حسین نانے کو یاد کیتا ہے اس تریجی ضرب میرے پاس لکھا ہے میرے پاس لکھا ہے مک گئی میری مجلس اس تریجی ضرب ماریے حسین باب علی کو یاد کیتا ہے انہیں چوتھی ضرب ماریے حسین حسن بھرا کو یاد کیتا ہے ملتان علیہ جدہ کوئی زخمی ہوئے نا وہ کترے بڑی لگ دیئے تے جدہ ترے لگی ہوئے ماں بڑی یاد آن دیئے انہیں پنجمی ضرب ماریے کپی ہوئی رکھ گئی چو آواز ہے ہائے ہو میرے ڈکھے پاسے علی اممہ جدہ اممہ دا وین آئے ہولے 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 میری سین دی آواز ہے یہ ماں تا رات دی آئی ودی آئی میں تیرے کسڑا لی جاتے والا نال بہاریاں ودی دینی آئی اور میرا مسافر بچڑا آگا نسیم عباس پڑھ دے ہونے ہیں انہوں دے اللہ درجات بلند فرماوے وہ فرمینے ہونے ہیں اے ضربہ مریندہ رہے تھوڑی دیر بعد حیران ہو کہہ دے حسین میں طاقتورا میں کھانا کھا دوئے میں زور نال ضرب مرینا خون نہیں نکل دا صابر حسین سخی حسین سیدہ دے ہون مار ہون خون نکل سی انہیں ارادہ کی تے ضرب مارا ہولے ہولے آوازی اممہ ہاتھ چاہ میرا قاتل تھک پہ پڑھ چھوڑے اممہ صاحب اممہ ہاتھ چاہ گن ہون میرا قاتل تھک پہ مگ گئی میری مجلس ہون میرا وین سون چار سال دی دیئے کئی ویلے منت کریں دیئے نہ مار ہونے آپے مر ویسی کئی ویلے سجے آویں دیئے کئی ویلے کھبے آویں دیاں دیئے نہ مار ہونے آپے مر ویسی او ملتان لے ہو انہیں کوئی ہو جیے ظلم کیتے معصوم رون دی ہوئی فرات لے پاسے دوڑیے تیرو رو کیا دیئے توڑے کوئی تا میڈی مداد میڈے پیو کو شمار مر بے در دی نال سن سو وین سنے او جت ڈاڈی بوسے دے اوتھ وال وال زراب چلے گھنا او شبی بیٹھے روائے گھنا زل جنا اوتھ وال وال زراب چلے میرے پاس ریکہ بیک میری سین معصومہ رو کے آدھی ہے نا انج مار نا انج سادا نکسار اوہین دے آن کے خنجار کر سادا آج جے فضال جے ہون دادا نج میں کچھ مار یتیم بے درد نال کوہندہ پہ اوہن دادا رجب کو چھوڑ کے آ میں گوش مار یتیم کرہندہ پہ بے درد نال کوہندہ پہ اوہن دادا رجب کو چھوڑ کے آ میں گوش مار یتیم کرہندہ پہ بے درد نال کوہندہ پہ اوہن دادا جب کچھ چھوڑ کے آ میں ہاتھ
ہاتھ وی جوڑن کما تک بار دکھا گئی او میں ہاتھ جوڑن میں بڈھ ہوں ہاتھ زلفاں وچ پے ماتم حسین